ਮੰਮੀ ਸਾਡੀ ਕਿੰਨੇ ਸੋਹਣੇ ਲੱਗਣ ਦੇ ਮੰਮੀ ਨੇ ਆ ਸੂਟ ਬੜਾ ਸੋਹਣਾ ਲੱਗਦਾ ਉਹ हाँ जी सत श्री अकाल सारे नु की हाल चाल सारे दा ठीक ठाक आज असीं चले आं गोल्डन टैंपल आज चले आं अमृतसर दरबार साहिब ते तुहानूं दर्शन गोल्डन टैंपल तुहानूं दर्शन मिले कराउंदे आं अज ते काफ़ी टाइम हो गया आपां चलो दर्शन मिले कराउंदे आं अज ते नाले थोड़ा घूम फिर आउंदे उत्थे आओ फिर तुहानूं भी अमृतसर घुमाउंदे आं थोड़ा बहुत ते दर्शन मिले कराउंदे आं तैयारी बड़ी मुश्किल होई आ साडी ਇਹ ਹੁਣੇ ਤਿਆਰ ਹੋਈ ਜਾਣਾ ਹੈ ਇਹਨਾਂ ਨੇ ਪੱਗ ਮੰਜੈਂਟਾ ਕਲਰ ਬੰਨੀ ਉਹ ਕਹਿੰਦੇ ਠੀਕ ਨਹੀਂ ਬੱਜੀ ਫਿਰ ਇਹਨੇ ਦੁਬਾਰਾ ਚੇਂਜ ਕਰਕੇ ਬੇਬੀ ਪਿੰਕ ਕਲਰ ਮੇਰਾ ਫੇਵਰਟ ਇਹਨਾਂ ਨੇ ਮੇਰੇ ਜਿਹੜਾ ਮੈਨੂੰ ਕਲਰ ਪਸੰਦ ਫਿਰ ਉਹ ਕਲਰ ਦੀ ਪੱਗ ਬੰਨੀ ਚਲੋ ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਾਂ ਜਾਵਾਂਗੇ ਮੋਟਰਸਾਈਕਲ ਤੇ ਅੱਜ ਲੇਟ ਆਪਾਂ ਬਹੁਤ ਹੋ ਗਏ ਹਾਂ 10 ਵਜ ਗਏ ਇੱਥੇ ਉਹਦਾ ਤੇ ਵੈਸੇ ਐਤਵਾਰ ਤੇ ਐਤਵਾਰ ਆਪਾਂ 6-7 ਵਜੇ ਨਿਕਲ ਜੀਦਾ ਤੇ ਅੱਜ ਲੇਟ ਹੋ ਗਏ ਬਹੁਤ अज ये करके लेट हो क्योंकि इन्हें मैडम साढ़िया नाल जाना ही अज तैयारी तुरी तुम पता ही थोड़ी मुश्किल हो जाती है थोड़ी मुश्किल हो जाती है चलो ठीक है फिर अब किट अपन लली नाल इच पौना अपन लगता कुछ नहीं गा हूँ बन लिया की गल डस्ट बहुत है बाहर तो जी इच असी सेब अनार अमरूद ये किट इस करके लई पा चुके वेर के जी आप पहुंच चुके हैं दरबार साहब धुप अच ज्यादा ही चढ़ गई कुछ मोटरसाइकिल आप आए हैं हमने बाहर पार्किंग भीड़ ही बहुत क्योंकि संडे वाले दिन बहुत ज्यादा संगत का इकट्ठ हों इत लो जी इतों आप खावे अमरूद जी दर्शन मेले करके आप हमने पहुंचे अपने घर गर्मी बहुत ज़्यादा ही अब तुम पता ही है धुप के आना जाना भी बड़ा मुश्किल वा तो एक पहली गल अज है भी संडे ही तो लस्सी लभदे लभदे आप मिठी लस्सी मिलती नमकीन वाली मिलती नहीं पी तो किरण ने पीनी ही नमकीन वाली लस्सी तो महा ही लभी है घूम घुमा के हम आप पहुंचे दर्शन मेले बहुत वजिए किए बदाना 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 मैं तो लगती है लफाफा खोल लें चाह मैं घट ही ली अपनी चाह हड्डी किन्ने सोहने लगन डे मम्मी ने आ सूट बड़ा सोहना लगता नहीं मांजरा मांजी मांजी लाले भांडे उपरों हूं साफ करा गे टब वड्डा लै लो होर ला दो हाँ उपर बड़ा गंदा होया वो ध्यान ना उधर शॉर्ट भी नरक होया पे शॉर्ट नरक होया पे अज होगी रसोई की सफाई क्योंकि साढ़े घर खुशी वाला प्रोग्राम आ गया हूँ बहुत तगड़ी खुशी तुम दस दिन के अंदर अंदर विखावे आप ਉਹਦੀ ਖੁਸ਼ੀ ਦੇ ਵਿੱਚ ਸਾਨੂੰ ਹੁਣ ਘਰ ਦੀ ਸਫਾਈ ਕਰਨੀ ਪੈਣੀ ਹੈ ਪਹਿਲਾਂ ਆਪਾਂ ਅਜੇ ਦੱਸ ਨਹੀਂ ਸਕਦੇ ਉਹ ਤੁਹਾਨੂੰ ਦੱਸਾਂਗੇ ਹੌਲੀ ਹੌਲੀ ਵਲੌਗ ਵੇਂਦੇ ਜਾਇਓ ਸਾਡੇ ਆਪੇ ਤੁਹਾਨੂੰ ਪਤਾ ਚੱਲੂਗਾ ਵਲੌਗ ਵੇਂਦੇ ਜਾਇਓ ਤੁਹਾਨੂੰ ਪਤਾ ਲੱਗਦਾ ਜਾਣਾ ਕਿ ਕਿਹੜੀ ਘਰ ਦੇ ਵਿੱਚ ਖੁਸ਼ੀ ਆ ਘਰ ਦੀ ਸਾਫ ਸਫਾਈ ਆਪਾਂ ਨੂੰ ਕਰਨੀ ਆ ਪੂਰੀ ਹੈ ਲਓ ਖਾਲੀ ਕਰਤੀ ਸਲੈਬ ਆ ਕੁਝ ਭਾਂਡੇ ਮੰਮੀ ਨੇ ਇੱਧਰ ਸਾਫ ਕਰਤੇ ਸੀ ਜੂਸਰ 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 ਅੱਜ ਜੂਸਰ ਲੈਂਦੀ ਹੈ ਪਰ ਕਿਸੇ ਕੰਮ ਦੀ ਨਹੀਂ
ਖੜਾਉਣਾ ਹੀ ਆ ਲੈ ਦੂਜੀ ਡੈਡ ਹੋ ਗਈ ਚਾਰਜਰ ਜਲਦੀ ਕਰੋ ਜਲਦੀ ਚਾਰਜਰ ਖਤਮ ਹੋ ਗਿਆ ਆ ਡੱਬੇ ਖਰਾਬ ਕਰਨੇ ਪਾਣੀ ਦੀ ਬਣਾ ਗਿਆ ਕਰਨੇ ਆਹ ਇਹ ਇਹ ਉਹ ਇਹ ਕਰੰਡਿਆਂ ਵਾ ਵਿੱਚ ਪਾਣੀ ਪਿਆ ਪਾਣੀ ਨਹੀਂ ਇਹਦੇ ਉੱਪਰ ਗਿੱਲੀ ਲੀਰ ਕਰਕੇ ਨਾ ਇਹਨੂੰ ਉੱਪਰੋਂ ਸਾਫ਼ ਕਰ ਦੇਣਾ ਮਾਂ ਦੇ ਨਾਲ ਲੈ ਮੰਮੀ ਨੇ ਗੁੱਸੇ ਹੋਣਾ ਹੈ ਗਿੱਲੇ ਲਈ ਜਾਂਦੀ ਆ ਨਹੀਂ ਹੁੰਦੇ ਮੈਂ ਆਪੇ ਕਰ ਦਿੰਦਾ ਤਾਂ ਨਹੀਂ ਜੇ ਕਰਨੀ ਤੇ ਚੰਗੀ ਤਰ੍ਹਾਂ ਕਰੋ ਨਾ ਜੀ ਸਾਰਾ ਸਮਾਨ ਸਣੇ ਲੈ ਚੱਲੀ ਚੀਜ਼ਾਂ ਇਹ ਧੋ ਲੈਣੀਆਂ ਗੈਂਡੇ ਆਪ ਰੱਖੀ ਆ ਥੱਲੇ ਇੱਕ ਬਾਕਸ ਰੱਖਿਆ ਬਣਾ ਕੇ ਇਹਨੂੰ ਕਹਿੰਦੇ ਡੋਲੀ ਪਹਿਲਾਂ ਦੇ ਸਮਿਆਂ ਵਿੱਚ ਡੋਲੀਆਂ ਹੁੰਦੀਆਂ ਸੀ ਹੁਣ ਲੋਕਾਂ ਦੇ ਘਰਾਂ 'ਚ ਨਹੀਂ ਹੈਗੀਆਂ ਵੈਸੇ ਕਈਆਂ ਦੇ ਘਰਾਂ 'ਚ ਟਾਵੀਆਂ ਟਾਵੀਆਂ ਹੈਗੀਆਂ ਇਹਦੇ ਵਿੱਚ ਇਹਨੂੰ ਰੋਟੀ ਰਾਟੀ ਪਕਾ ਕੇ ਵਿੱਚ ਰੱਖ ਦਿੰਦੇ ਸੀ ਨਹੀਂ ਜਿਵੇਂ ਕੋਈ ਸਟੋਰੇਜ ਵਾਸਤੇ ਹੁੰਦੀ ਹੈ ਸਟੋਰੇਜ ਹਾਂਜੀ ਕੁੱਕਰ ਧੋਣਾ ਲੈ ਜਾਓ ਹੁਣ ਇਹ ਭਾਰਾ ਵਾ ਸ਼ਾਰਟ ਵੀ ਪਾ ਤੇ ਕਿਚਨ ਦੇ ਸੁੱਕਣੇ ਹਾਂਜੀ ਕੀ ਹੋ ਰਿਹਾ ਪਿਆਜ਼ ਕੱਟਦੀ ਪਈ ਆ ਟਮਾਟਰ ਕੀ ਰੜੀ ਲਗਾਉਂ ਮੈਗੀ ਦਿਲ ਕਰਦਾ ਪਿਆ ਮੈਗੀ ਖਾਣ ਨੂੰ ਮੇਰੇ ਤਾਂ ਸਾਗ ਨਹੀਂ ਬਣਾਇਆ ਸਾਗ ਸਾਗ ਨਹੀਂ ਸਾਗ ਬਣਾਇਆ ਹੈਗਾ ਸਾਗ ਪਰ ਬਣਿਆ ਹੋਣਾ ਮੈਨੂੰ ਪਤਾ ਨਹੀਂ ਕਰੇ ਸਾਗ ਬਣਿਆ ਤੈਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਮੈਗੀ ਮੈਗੀ ਮੈਂ ਤਿਆਰ ਹੋਣ ਡਈ ਇੱਧਰ ਸਾਗ ਆਪਣਾ ਰੈਡੀ ਆ ਪਰ ਲੈ ਸਾਗ ਆਪਣਾ ਰੈਡੀ ਆ ਬਈ ਇਹ ਨਾ ਪਾਈ ਇਹ ਨਾ ਮੈਂ ਖਾ ਲਾਂ ਥੋੜ੍ਹੀ ਇਹ ਨਾ ਪਾਵੀ ਨਾ ਨਾ ਇਹ ਨਹੀਂ ਸਹੀ ਮੈਂ ਹੀ ਮਸਾ ਖਾ ਲੂੰ ਨਾ ਪਾਵੀ ਆ ਕੁੜੀ ਜੀ ਮੰਮੀ ਦਹੀਂ ਹੈਗਾ ਦਹੀਂ ਖੁੱਲੀ ਲੱਸੀ ਬਣਾਉਣਾ ਖੁੱਲੀ ਨਾ ਗੁਲਾਮ ਦੇ ਬੁਲਾਇਆ ਨੇ ਖਾਦਾ ਦਹੀਂ ਦਾ ਘਰ ਬਣਾ ਦੇਣਾ ਘਰ ਵਿੱਚ ਪਾ ਕੇ ਆਪਣਾ ਕੀ ਕਹਿੰਦੇ ਆ ਵਿੱਚ ਪਾ ਕੇ ਮੈਗੀ ਮਸਾਲਾ ਖਾਲੀ ਪੇਟ ਨਾ ਚਾਹੀਦਾ ਮੰਜਾ ਇਦਾਂ ਝੜਦਾ ਭਲਾ ਹੈ ਬੈੱਡ ਕਿਹੜੀ ਡੀਟੀ ਡੀਟੀ ਕਿਹੜੀ ਇਹ ਹੈਗਾ ਵਾ ਦੂਜਾ ਇਹਨੂੰ ਲਿਆ ਹੋਣਾ ਲਿਆ ਇੱਕ ਲਿਆ ਇਹ ਹੈਗਾ ਵਾ ਲਕਸ਼ਮਣ ਰੇਖਾ ਦਿਖਾ ਉਹ ਇਹ ਲਕਸ਼ਮਣ ਰੇਖਾ ਵਾ ਅਤੇ ਇਹ ਕੋਕਰੋਚ ਵਾਲੀ ਆ ਇਹ ਕੀੜੀਆਂ ਵਾਲੀ ਥੋੜ੍ਹਾ ਵਾ ਕਿਹਾ ਤੁਹਾਨੂੰ ਡੀਟੀ ਲਿਆਉਣ ਨੂੰ ਤੁਸੀਂ ਲੈ ਤਾਂ ਦੱਸੋ ਮਾੜਾ ਰੇਖਾ ਮੰਮੀ ਕਹਿੰਦੇ ਡੀਟੀ ਲਿਆਇਆ ਕਰੋ ਇਹ ਕੀ ਵਰਤੇ ਪਿਆ ਕਦੇ ਜੋ ਲੈਂਦਾ ਮੁੜ ਕੇ ਬਸ ਕੰਡੀਸ਼ਨਰ ਟਿਕਾ ਕੇ ਰੱਖਿਆ ਇਹਨੂੰ ਕੰਡੀਸ਼ਨਰ ਵਾਲ ਸਿਰਜੀ ਕਰਨ ਵਾਸਤੇ ਖੋਲਿਆ ਕਿ ਨਹੀਂ ਅਜੇ ਇਹਦਾ ਖੋਲਿਆ ਕੋਈ ਪ੍ਰੋਗਰਾਮ ਆਊ ਤਾਂ ਲਾਵਾਂਗੇ ਬਸ ਪਹਿਲਾਂ ਮੈਂ ਤਾਂ ਨਹਾ ਨਹੀਂ ਸਕਦਾ ਸਾਡੇ ਘਰ ਦੇ ਦਸਾਂ ਤੇਰਾਂ ਨੂੰ ਖੁਸ਼ੀ ਵਾਲਾ ਪ੍ਰੋਗਰਾਮ ਹੈ ਇੱਕ ਬਾਕੀ ਦੱਸਾਂਗੇ ਵਲੌਗ ਸਾਰਿਆਂ ਨੇ ਬਹੁਤ ਖੁਸ਼ ਹੋਣਾ ਵਲੌਗ ਵਧੀਆ ਲੱਗਾ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਓ ਕੀ ਸੋਚਣ ਡਿਆ ਹੁਣ ਮੈਂ ਸੋਚਣ ਡੀ ਕਿ ਛੇਤੀ ਆਵੇ ਖੁਸ਼ਖਬਰੀ ਸਾਡੇ ਘਰ ਤਾਂ ਇਹ ਮੈਂ ਸੋਚਦੀ ਪਈ ਉਹ ਦਿਨ ਛੇਤੀ ਆਵੇ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ